ਇਹ ਪਹਿਲੀ ਗੱਲ ਤਾਂ ਮੈਨੂੰ ਖੁਸ਼ੀ ਹੋਈ ਵੀ ਤੁਸੀਂ ਸਵਾਲ ਕੀਤੇ। ਲੀਡਰ ਬਾਈ ਜੀ ਉਦੋਂ ਸੁਧਰਦੇ ਜਦੋਂ ਲੀਡਰ ਨੂੰ ਸਵਾਲ ਕਰੀਏ। ਮੈਨੂੰ ਸਵਾਲ ਤਾਂ ਕਹਿੰਦਾ ਪਹਿਲੋਂ ਪਾਣੀ ਵੱਲੋਂ ਸਾਡਾ ਬਹੁਤ ਮਰਦਾ ਜੀ, ਜੇ ਕੋਈ ਪਾਣੀ ਦਾ ਕਰ ਦੋ ਨਾ ਅਗਲਾ ਪੱਕੇ ਦਾ ਹੋ ਗਿਆ ਆਪਣਾ ਵੀ ਹੋ ਜੂਗਾ, ਪੀਣ ਵਾਲੇ ਪਾਣੀ ਦਾ। ਪੀਣ ਵਾਲਾ ਪਾਣੀ ਕੱਚੀ ਦਾ ਨਾ ਆਉਂਦਾ ਸਾਡੇ ਤਾਂ ਬੁਰਾ ਹਾਲ ਹੈ। ਇਹ ਨਾਲੇ ਦੇ ਕਰਾਵਾਂਗੇ ਉਹ ਮਹਿਕਮੇ ਦੇ ਵਿੱਚ ਜਮਾ ਵੀ ਹੈ ਨਹੀਂ ਭਾਈ, ਉਹ ਮਹਿਕਮੇ ਨੇ ਬੁਲਾਏ ਸੀਗੇ। ਉਹ ਆ ਵੋਟ ਤੋਂ ਬਾਅਦ ਥੋੜਾ ਅਲੱਗ ਹੀ ਕਰਨਾ, ਜਲਦਬਾਜ਼ੀ ਨਹੀਂ ਕਰਨਾ, ਉਹ ਕਰਦੇ ਹੋ ਥੋੜਾ ਅਲੱਗ ਕਰਾਂਗੇ। ਪਾਣੀ ਦੀ ਨਹਿਰ ਨਵੀਂ ਕੱਟ ਲਈ ਹੈ, ਪਾਣੀ ਦਾ ਕਮੀ ਨਹੀਂ ਰਹਿਣ ਦੇਣੀ। ਬਾਈ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਵਾਲ ਕੀਤੇ। ਅਸੀਂ ਇਹੀ ਗੱਲ ਕਹਿੰਦੇ ਨੇ ਸਵਾਲ ਕਰਨੇ ਚਾਹੀਦੇ ਆ, ਜਦੋਂ ਜਨਤਾ ਸਵਾਲ ਕਰਦੀ ਹੈ ਤਾਂ ਲੀਡਰ ਕੰਮ ਠੀਕ ਕਰਦੇ, ਜਦੋਂ ਸਵਾਲ ਨਹੀਂ ਕਰਦੀ ਹਰੇਕ ਪੁੱਠੇ ਸਿੱਧੇ ਕੰਮ ਨੂੰ ਭਾਵੇਂ ਬੇਅਦ ਵੀ ਕਰਾਇਆ ਹੋਣ ਭਾਵੇਂ ਕੁਛ ਕਰਾਇਆ ਹੋਣ, ਜਦੋਂ ਜਿੰਦਾਬਾਦ ਕਰ ਰਹੇ ਫਿਰ ਉਹ ਵੀ ਕਰਦੇ ਹੋ ਜਿਵੇਂ ਉਹ ਕਰਦੇ ਹੋ, ਠੀਕ ਹੈ ਜੀ। ਇਹ ਤੁਸੀਂ ਬਹੁਤ ਚੰਗਾ ਕੀਤਾ, ਜਿਹੜਾ ਲੋਕਾਂ ਨੂੰ ਸਭ ਨੂੰ ਖਾਣ ਨੂੰ ਮਿਲ ਜਾਵੇ, ਰਾਜਮਾ ਮਿਲ ਜਾਵੇ, ਹਨਾ ਵਧੀਆ ਆਹੀ ਪਤਾ ਹੀ ਮੰਗ ਮੰਗਦੇ ਵੀ ਖੁੱਲ੍ਹਾ ਕਰ ਦੇਣ, ਰੱਜ ਕੇ ਖਾ ਲੈਣ। ਹੁਣ ਪੁਲਿਸ ਨੂੰ ਪਤਾ ਨੀ ਕਿੱਥੇ ਪੋਸਟ ਵੇਖਦਾ, ਕਿੱਥੇ ਚਿੱਟਾ ਵੇਖਦਾ, ਸਾਰਾ ਕੁਛ ਪਤਾ। ਸ਼ਰੇਆਮ ਛੱਡ ਕੇ ਤੁਰ ਜਾਂਦੇ ਪਿੰਡਾਂ 'ਚ, ਘਰਾਂ ਦੇ ਘਰ ਤਾਂ ਪੱਟ ਤੇ ਪੁੱਤ ਲੋਕਾਂ ਦੇ ਇੱਕ ਮਰ ਗਏ। ਕੀ ਸਰਕਾਰ ਨੇ ਕੀਤਾ, ਕਿਸੇ ਇੱਕ ਹਫ਼ਤੇ 'ਚ ਬੰਦ ਕਰ ਲਾਂਗੇ, ਤਿੱਗਣਾ ਕਰਤਾ ਇਹਨਾਂ ਨੇ। ਗਰੀਬ ਤਾਂ ਉਹ ਘੋਰ ਵਿੱਚ ਬੈਠੇ, ਪੰਜ ਪੰਜ ਮਰਲਿਆਂ ਦਾ ਨਾਰਾ ਲਾ ਕੇ ਤੇ ਉਹ ਵੀ ਬੰਦ, ਜਿਹੜੀ ਕਣਕ ਮਿਲਦੀ ਸੀ ਉਹ ਵੀ ਬੰਦ। 5 ਕਿਲੋ ਤਾਂ ਕਣਕ ਚਲਾਈ ਫਿਰਦੇ ਮਹੀਨੇ ਦੇ 5 ਕਿਲੋ ਖਾਂਦਾ, ਗਰੀਬ ਦਾ ਮਹੀਨਾ ਨਿਕਲ ਜੂਗਾ, ਆਪਣਾ ਨਿਕਲ ਜੂ 5 ਕਿਲੋ ਫਰਕ ਨਾ। ਇੱਕ ਮਿੱਠੀਆਂ ਟੋਫਾ ਦਿੰਦੇ ਆ, ਹੈਨਾ ਕੋਈ ਚੱਜ ਦੀ ਚੀਜ਼ ਦੇਣ ਕੋ ਦੇਣਾ ਤਾਂ ਅੱਜ ਪਹਿਲਾਂ ਆ ਕੇ 1000 ਰੁਪਇਆ ਕਹਿ ਗਏ ਤੇ ਹੁਣ ਆ ਕੇ ਹੁਣ ਪਤਾ ਉੱਥੇ ਕੀ ਕਹਿ ਗਏ, ਹੋਰ ਕੋਈ ਟੋਫੀ ਦੇ ਗਏ ਹੋਣੇ। ਅਗਲਾ 1000 ਤਬਲੀਆਂ ਦਿੱਤਾ ਸਾਡੇ ਵੱਡੀ ਵਾਧੂ ਆ, ਦੋ ਤਿੰਨ ਮੁੰਡੇ ਮਰਦੇ ਸਾਡੇ ਕਿੱਟੇ ਨੇ। ਹੁਣ ਕਣਕ ਸਾਡੇ ਸੱਤੇ ਗਿਆ ਕਣਕ ਤੋਂ ਨਹੀਂ ਵਿੱਚ ਆਉਂਦੀ ਸੀ, ਉਹ ਵੀ ਕੱਟੀ ਜਾਂਦੇ ਮੁੰਡਿਆਂ ਦੀ ਕਣਕ, ਬਹੁਆਂ ਦੀ ਉਹਨੂੰ ਕਣਕ ਆਉਂਦੀ ਨਾ, ਜਵਾਕਾਂ ਦੀ ਕਣਕ ਆਉਂਦੀ ਨਾ, ਸਾਡੇ ਤਾਂ ਰਹਿੰਦੇ ਕੋਈ ਪੈਸਾ ਵੀ ਨਹੀਂ ਲੱਗੀ। ਵੋਟਾਂ ਪਾਵਾਂਗੇ ਹੋਰ ਲੈ ਜੀ ਨੂੰ ਤੁਸੀਂ ਅਸੀਂ ਮੁੱਦਾ ਕਹਿ ਰਹੇ ਸੀ ਵੀ ਜੋ ਪਾਣੀ ਪਹਿਲਾਂ ਇਹ ਆਉਂਦੇ ਸੀ ਵੀ ਅਸੀਂ ਦੇਵਾਂਗੇ ਟੇਲਾਂ 'ਤੇ ਪਾਣੀ, ਪਾਣੀ ਇਹਨਾਂ ਨੇ ਇੱਕ ਬੂੰਦ ਨਹੀਂ ਦਿੱਤੀ। ਅਸੀਂ ਆਪ ਖੁਦ ਪੱਕੇ ਦੇ ਬੰਦੇ, ਸਾਰੇ ਬੰਦੇ ਪਿੰਡਾਂ ਦੇ ਬੰਦੇ ਅਸੀਂ ਜਾਂਦੇ ਰਹੇ ਹਾਂ, ਕਿਸੇ ਨੇ ਕੋਈ ਗੱਲ ਨਹੀਂ ਸਾਡੀ ਸੁਣੀ। ਪਾਣੀ ਬੂੰਦ ਨਹੀਂ ਆ ਰਿਹਾ ਇੱਥੇ, ਸੁੱਕਾ ਪਿਆ ਸਾਰਾ, ਨਹੀਂ ਤਾਂ ਅਸੀਂ ਨਸ਼ਾ ਵੀ ਬਹੁਤ ਬੰਦੇ ਮਜ਼ਾਕੀ ਖੁਰਦੇ ਉਹਦੇ ਦੱਸੀ ਜਾਂਦੇ ਆ। ਮੈਂ ਸ਼ਹਿਰ ਕਣਕ ਲੈ ਕੇ ਗਿਆ ਸੀਗਾ, ਉੱਥੋਂ ਦੇ ਲੋਕ ਆਥਣ ਮੌਕੇ ਬਾਹਰ ਨਹੀਂ ਨਿਕਲ ਦਿੰਦੇ, ਕਿਹਦਾ ਮੋਟਰਸਾਈਕਲ ਨਹੀਂ ਛੱਡਦੇ, ਕਿਹਦਾ ਕੁਛ ਨਹੀਂ ਛੱਡਦੇ ਜਿਹੜੇ ਚਿੱਟੇ ਵਾਲੇ। ਸਾਡੇ ਪਿੰਡ ਚਿੱਟੇ ਨਾਲ 5-7 ਬੰਦੇ ਮਰ ਚੁੱਕੇ ਆ, ਚਿੱਟੇ ਨਾਲ ਹੀ ਆਮ ਹੋਇਆ ਪਿਆ ਜੀ ਸਾਡੇ ਪਿੰਡ ਨਹੀਂ, ਪਾਸੇ ਆਸੇ ਬਹੁਤ ਵਿਕੀ ਜਾਂਦਾ। ਪੋਸਟ ਕੋਈ ਮੁੰਡਾ ਸੀਗਾ ਉਹ ਲਿਆ ਲਿਆ ਆਪਦਾ, ਕਦੋਂ ਫੜਿਆ ਗਿਆ ਇਹਨਾਂ ਨੇ, ਕੋਈ ਛੱਡ ਛੁੱਟ ਗਏ, ਕੋਈ ਫੜਿਆ ਗਿਆ ਜੀ, ਉਹ ਚੌਂਕੀ ਇੰਚਾਰਜ ਹੀ ਛੱਡਿਆ ਉਹਨਾਂ ਨੇ, ਚੰਦਬਾਜ ਚੌਂਕੀ ਇੰਚਾਰਜ। ਹਾਂਜੀ ਜੀ, ਸਾਡੇ ਮਸਲੇ ਸੀਗੇ ਜੋ ਖਣੌਲੀ ਬਾਰਡਰ 'ਤੇ ਸੰਘਰਸ਼ ਚੱਲ ਰਿਹਾ, ਸਿੱਖ ਨੌਜਵਾਨਾਂ 'ਤੇ NSA ਲਾਈ ਹੈ,
ਉਹਦੇ 'ਤੇ ਸੀਗੇ, ਰਿਸ਼ਵਤ 'ਤੇ ਸੀਗਾ, ਰਿਸ਼ਵਤ 'ਤੇ ਅਸੀਂ ਵੀਡੀਓ ਵੀ ਇਹਨਾਂ ਨੂੰ ਦੇ ਦਿਆਂਗੇ। ਅਤੇ ਇੱਕ ਸਾਡੇ ਲਾਭ ਸਿੰਘ ਆ ਧੂਰਕੋਟ ਦਾ ਬੰਦਾ, ਪਟਵਾਰੀ ਨੇ 2,500 ਰੁਪਈਆ ਉਹਦਾ ਰਿਸ਼ਵਤ ਲਈ ਆ, ਉਹਨੇ DC ਸਾਹਿਬ ਨੂੰ ਸ਼ਿਕਾਇਤ ਵੀ ਕਰਤੀ, DC ਸਾਹਿਬ ਨੇ ਗਾਂ ਮਾਰਕੋ ਕਰਤੀ ਸੀ SDM ਸਾਹਿਬ ਨੂੰ। SDM ਸਾਹਿਬ ਦੀ ਵਰਡਿੰਗ ਇਹ ਸੀਗੀ ਕਿ ਮੈਂ ਤੇਰੇ 'ਤੇ ਉਲਟਾ ਪਰਚਾ ਦੇਊਂਗਾ। ਇਹੋ ਜਿਹੇ ਹਾਲਾਤ ਆ ਸਰਕਾਰ ਦੇ। ਜਦੋਂ ਮਾਣਯੋਗ ਸਪੀਕਰ ਸਾਹਿਬ ਨੂੰ NSA ਬਾਰੇ ਪੁੱਛਿਆ ਗਿਆ, ਉਹ ਕਹਿੰਦੇ ਮੈਂ ਸਰਕਾਰ ਨੂੰ ਪੁੱਛ ਕੇ ਦੱਸੂਗਾ। ਸਭ ਤੋਂ ਉੱਚੇ ਪਦ 'ਤੇ ਮਾਣਯੋਗ ਸਪੀਕਰ ਸਾਹਿਬ ਤੁਸੀਂ ਆ, ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ ਹੈਗਾ, ਪਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ। ਸਿੱਖ ਨਸ਼ਲ ਕੁਸ਼ੀ ਕਿਸੇ ਤਰੀਕੇ ਦੇ ਨਾਲ ਤੁਸੀਂ ਕਰਨਾ ਚਾਹੁੰਦੇ ਆ, ਜੋ ਤੁਸੀਂ ਆਪਦੇ ਮਨਸੂਬਿਆਂ ਨੂੰ RSS ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕਰ ਰਹੇ ਹਾਂ। ਅਸੀਂ ਤਾਂ ਭਰਾਵਾ ਪਾਣੀ ਦੀ ਮੰਗ ਹੀ ਰੱਖੀ ਆਪਦੀ, ਵੀ ਪਾਣੀ ਸਾਡੇ ਪਿੰਡ ਪਹੁੰਚਦਾ ਕਰ ਦਿਓ, ਹੋਰ ਕੋਈ ਮੰਗ ਨਹੀਂ ਰੱਖੀ ਗੀ। ਚੌਂਕੀ ਇੰਚਾਰਜ ਦਾ ਕੀ ਰੌਲਾ, ਸਾਨੂੰ ਤਾਂ ਕੋਈ ਪਤਾ ਨਹੀਂ ਚੌਂਕੀ ਇੰਚਾਰਜ ਦਾ, ਕਾਹਦਾ ਚੌਂਕੀਦਾਰ ਦਾ ਰੌਲਾ। ਪੋਸਟ ਵਾਲਾ ਤਾਂ ਸਾਰਿਆਂ ਨੂੰ ਪਤਾ, ਸਾਰੇ ਪਿੰਡ ਨੂੰ ਪਤਾ, ਮੇਰੇ ਮੂੰਹੋਂ ਸੁਣਨਾ ਚਾਹੁੰਦੇ ਤੁਸੀਂ?